ਕੁਝ ਦਿਨ ਪਹਿਲਾਂ ਆਪਾਂ ਖਬਰ ਕਵਰ ਕੀਤੀ ਸੀ ਵੀ ਜਿਹੜਾ ਕਨੇਡਾ ਹੈਗਾ ਇਹ ਜੀਆਈਸੀ ਦੀ ਫੀਸ ਵਧਾ ਰਿਹਾ ਤੇ ਜੀਆਈਸੀ ਦੀ ਫੀਸ ਵਧਾਉਣ ਦਾ ਇਰਾਦਾ ਕਿਤੇ ਇਹ ਤਾਂ ਨਹੀਂ ਵੀ ਇਹ ਐ ਤਾਂ ਨਹੀਂ ਕਹਿੰਦੇ ਵੀ ਜਵਾਕ ਚੂ ਕਿੱਥੇ ਘਟ ਆਉਣ ਤੇ ਇੱਕ ਹੋਰ ਚੀਜ਼ ਖਬਰ ਆ ਰਹੀ ਹੈ ਵੀ ਇਹ ਜਿਹੜੇ ਵਰਕ ਪਰਮਟ ਆ ਉਹ ਐਕਸਪਾਇਰ ਹੋ ਰਹੇ ਆ ਤੇ ਉਹ ਜੇ ਐਕਸਪਾਇਰ ਹੋ ਰਹੇ ਆ ਤਾਂ ਕੀ ਜਿਹੜੇ ਜਵਾਕ ਹੈਗੇ ਆ ਵਰਕ ਪਰਮਟ ਵਾਲੇ ਤੇ ਉਹਨਾਂ ਨੂੰ ਇੰਡੀਆ ਤਾਂ ਨਹੀਂ ਭੇਜ ਦੇਣਗੇ ਕਿਤੇ ਜਿਹੜੇ ਰੂਲ ਰਾਜ ਲੈ ਕੇ ਆਈ ਜਾਂਦੇ ਆ ਹਾਂਜੀ ਬ੍ਰਾਦਰ ਸਾਹਿਬ ਕੈਨੇਡਾ ਨੇ ਆਪਣੇ ਇਮੀਗ੍ਰੇਸ਼ਨ ਰੂਲਸ ਦੇ ਵਿੱਚ ਤਬਦੀਲੀ ਕਰਨੀ ਸ਼ੁਰੂ ਕੀਤੀ ਹੈ ਉਹਨਾਂ ਨੂੰ ਅਪਡੇਟ ਕਰ ਰਹੇ ਨੇ ਆਪਾਂ ਲਾਸਟ ਵੀਕ ਗੱਲ ਕੀਤੀ ਸੀ ਕਿ ਜੀਆਈਸੀ ਡਬਲ ਕਰ ਦਿੱਤੀ ਗਈ ਹੈ ਮਿਨੀਮਮ ਕੋਸਟ ਆਫ ਲਿਵਿੰਗ ਫਾਈਨੈਂਸ਼ੀਅਲ ਰਿਕੁਆਇਰਮੈਂਟ ਆ ਉਹ ਦੁੱਗਣੀ ਤੋਂ ਵੀ ਵੱਧ ੀ ਕਰ ਦਿੱਤੀ ਗਈ ਹੈ ਤੇ ਲਾਸਟ ਵੀਕ ਤੋਂ ਬਾਅਦ ਹੁਣ ਰੀਸੈਂਟ ਅਪਡੇਟ ਇਹ ਆ ਰਹੀ ਹੈ ਕਿ ਇਹਨਾਂ ਨੇ ਤਿੰਨ ਟੈਂਪੋਰਰੀ ਪਾਲਿਸੀਜ਼ ਆ ਉਹਨਾਂ ਨੂੰ ਅਪਡੇਟ ਕਰਨਾ ਜਾਂ ਇਹ ਕਹ ਲੋ ਕਿ ਤਿੰਨ ਟੈਂਪੋਰਰੀ ਪਾਲਿਸੀਜ਼ ਆ ਉਹਨਾਂ ਨੂੰ 31 ਦਸੰਬਰ ਨੂੰ ਖਤਮ ਕਰ ਦਿੱਤਾ ਜਾਊਗਾ ਇਨਾਂ ਵਿੱਚੋਂ ਇੱਕ ਹੈ ਗ੍ਰੈਜੂਏਸ਼ਨ ਤੋਂ ਬਾਅਦ ਟੈਂਪਰੇਰੀ 18 ਮਹੀਨਿਆਂ ਦਾ ਜਿਹੜਾ ਵਰਕ ਪਰਮਿਟ ਮਿਲਦਾ ਉਹ ਪਾਲਿਸੀ ਹੁਣ ਫਿਰ ਖਤਮ ਹੋ ਜਾਊਗੀ 31 ਦਸੰਬਰ 2023 ਨੂੰ ਜੇ ਤਾਂ ਉਦੋਂ ਤੱਕ ਕੋਈ ਨਵੀਂ ਪਾਲਿਸੀ ਆ ਗਈ ਤਾਂ ਵੈਲ ਐਂਡ ਗੁੱਡ ਤੇ ਜੇ ਉਦੋਂ ਤੱਕ ਨਹੀਂ ਆਉਂਦੀ ਤਾਂ ਇਹ ਫਿਰ ਇੱਕ ਵੱਡਾ ਝੰਜਟ ਬਣ ਜਾਊਗਾ ਬੱਚਿਆਂ ਦੇ ਲਈ ਇਹ ਸਮਝਿਆ ਜਾ ਰਿਹਾ ਕਿ ਬੱਚੇ ਸਟੂਡੈਂਟ ਪ੍ਰੋਗਰਾਮ ਤੋਂ ਬਾਅਦ ਉਹਨਾਂ ਨੂੰ ਵਾਪਸ ਵਤਨ ਨੂੰ ਪਰਤਣਾ ਪੈ ਸਕਦਾ ਹੈ ਜਿਨ੍ਹਾਂ ਦੀ ਸਟੱਡੀ ਦਾ ਕੋਰਸ ਤਾਂ 31 ਦਸੰਬਰ ਤੋਂ ਪਹਿਲਾਂ-ਪਹਿਲਾਂ ਐਕਸਪਾਇਰ ਹੋ ਜਾਊਗਾ ਉਹ ਤਾਂ ਐਲੀਜੀਬਲ ਹੈਗੇ 18 ਮਹੀਨਿਆਂ ਦਾ ਟੈਂਪਰੇਰੀ ਵਰਕ ਪਰਮਿਟ ਅਪਲਾਈ ਕਰਨ ਦੇ ਪਰ ਜਿਨ੍ਹਾਂ ਦਾ 1 ਜਨਵਰੀ 2024 ਜਾਂ ਇਸ ਤੋਂ ਬਾਅਦ ਸਟੂਡੈਂਟ ਪ੍ਰੋਗਰਾਮ ਖਤਮ ਹੋਊਗਾ ਸਟੱਡੀ ਦਾ ਕੋਈ ਕੋਰਸ ਖਤਮ ਹੋਊਗਾ ਤੇ ਉਹਨਾਂ ਦੇ ਕੋਲ ਫਿਰ ਹੋਰ ਕੋਈ ਚੁਆਇਸ ਨਹੀਂ ਹੋਣੀ ਜੇ ਕੋਈ ਨਵੀਂ ਪਾਲਿਸੀ ਗਵਰਨਮੈਂਟ ਨਹੀਂ ਬਣਾਉਂਦੀ ਮੌਂਟਰੀਅਲ ਸਟੂਡੈਂਟ ਯੂਥ ਆਰਗੇਨਾਈਜੇਸ਼ਨ ਦੇ ਕਨਵੀਨਿਅਰ ਨੇ ਕਿਹਾ ਕਿ ਇਹ ਬਹੁਤ ਵੱਡਾ ਬਲੋਅ ਹੈ ਸਟੂਡੈਂਟਸ ਦੇ ਲਈ ਸਟੂਡੈਂਟਸ ਦੇ ਵਿੱਚ ਇਸ ਵੇਲੇ ਬੜੀ ਭਗਦੜ ਮੱਚੀ ਹੋਈ ਆ ਸਮਝ ਨਹੀਂ ਆਉਂਦੀ ਕਿਉਂਕਿ ਬਹੁਤਿਆਂ ਦੇ ਕੋਰਸ ਜਿਹੜੇ ਆਨ ਗoing ਆ ਉਹ ਤਾਂ 31 ਤੋਂ ਬਾਅਦ ਹੀ ਜਾ ਕੇ ਖਤਮ ਹੋਣੇ ਆ ਸੋ ਕੈਨੇਡਾ ਦੇ ਵਿੱਚ ਜੇ ਫਿਰ ਦੁਬਾਰਾ ਬੰਦੇ ਨੇ ਵਰਕ ਪਰਮਿਟ ਲੈਣਾ ਜਾਂ ਉਹਨੇ ਇੱਥੇ ਪੱਕੇ ਤੌਰ ਤੇ ਰਹਿਣਾ ਹੈ ਆਪਣੇ ਘਰ ਨੂੰ ਜਾਣ ਦਾ ਇਚਕ ਨਹੀਂ ਸੋ ਉਹਦੇ ਕੋਲੇ ਫਿਰ ਦੋ ਤਿੰਨ ਚੀਜ਼ਾਂ ਹੀ ਬਚਣਗੀਆਂ ਜਿਨ੍ਹਾਂ ਵਿੱਚੋਂ ਇੱਕ ਤਾਂ ਇਹ ਆ ਕਿ ਕੈਨੇਡੀਅਨ ਪੀਆਰ ਹੋਲਡਰ ਦੇ ਨਾਲ ਬੰਦਾ ਵਿਆਹ ਕਰਵਾ ਲਵੇ ਜਾਂ ਫਿਰ ਇੱਥੇ ਅਸਾਈਲਮ ਲਾ ਦੇਵੇ ਜਾਂ ਫਿਰ ਕਿਸੇ ਕੰਪਨੀ ਕੋਲੇ ਜਾਵੇ ਨਾਂ ਜਿਹਦੇ ਕੋਲੇ ਵੈਕੈਂਸੀਜ਼ ਹੈਗੀਆਂ ਉਹਦੇ ਤੋਂ ਜਾ ਕੇ ਐਲ ਐਮ ਐਲ ਐਮ ਆਈਏ ਜਾ ਕੇ ਲੈ ਲਵੇ ਫਿਰ ਇਹੀ ਆਪਸ਼ਨ ਜੇ ਬਚਦੇ ਆ ਅਦਰਵਾਈਜ਼ ਤਾਂ ਉਹਨੂੰ ਫਿਰ ਘਰ ਨੂੰ ਜਾਣ ਦਾ ਰਾਹ ਹੀ ਉਹਦੇ ਕੋਲੇ ਬਚਣਾ ਬਿਲਕੁਲ ਤੁਸੀਂ ਸਹੀ ਗੱਲ ਕੀਤੀ ਅਗਲੀ ਕੁਐਸਚਨ ਇਹ ਆ ਵੀ ਤੁਹਾਡੀ ਕਾਫੀ ਗੱਲਬਾਤ ਕੁਝ ਦਿਨ ਪਹਿਲਾਂ ਗੱਲਬਾਤ ਹੋਈ ਆ ਆਈਲੈਂਡ ਸੈਂਟਰ ਵਾਲਿਆਂ ਨਾਲ ਦੋ ਤਿੰਨਾਂ ਨਾਲ ਵੀ ਤੁਸੀਂ ਉਹਨਾਂ ਨਾਲ ਡਿਸਕਸ਼ਨ ਕੀਤੀ ਵੀ ਕੀ ਚੱਲ ਰਿਹਾ ਉਹ ਗੱਲ ਦੱਸੋ ਵੀ ਕੈਨੇਡਾ ਦੇ ਵਿੱਚ ਕਿੰਨੇ ਕੁ ਬੱਚੇ ਅੱਗੇ ਨਾਲੋਂ ਘਟੇ ਆ ਜਾਂ ਵਧੇ ਆ ਤੇ ਖਬਰ ਅਨਸਰ ਦੇਣ ਤੋਂ ਪਹਿਲਾਂ ਮੈਂ ਦਰਸ਼ਕਾਂ ਨੂੰ ਦੱਸ ਦੇਵਾਂ ਵੀ ਫੇਸਬੁੱਕ ਤੇ YouTube ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਟਿਕਟੌਕ ਤੇ ਅਸੀਂ ਕੰਟੈਂਟ ਬਹੁਤ ਜ਼ਿਆਦਾ ਘਟਾ ਦੇਣਾ ਤੇ ਉੱਥੇ ਹੀ ਅਸੀਂ ਬਹੁਤਾ ਪਾਇਆ ਕਰਾਂਗੇ। ਹਾਂਜੀ ਬ੍ਰਾਡਰ ਸਾਹਿਬ ਜਿਹੜੇ ਇੰਡੀਆ ਦੇ ਵਿੱਚ ਬੈਠੇ ਸਾਡੇ ਕੁਝ ਨੋਨ ਆ ਜਾਂ ਮਿੱਤਰ ਸੱਜਣ ਆ ਜਿਹੜੇ ਇਸ ਕਾਰੋਬਾਰ ਦੇ ਨਾਲ ਸੰਬੰਧਿਤ ਆ ਉਹਨਾਂ ਨੇ ਇਹ ਦੱਸਿਆ ਕਿ ਕੈਨੇਡਾ ਪ੍ਰਤੀ ਬੱਚਿਆਂ ਦਾ ਜਿਹੜਾ ਮੋਹ ਆ ਉਹ ਭੰਗ ਹੋ ਰਿਹਾ ਹੈ। ਬੱਚੇ ਹੁਣ ਸਟੂਡੈਂਟ ਕੇਸ ਲਾ ਕੇ ਰਾਜੀ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਕਿ ਸਟੂਡੈਂਟ ਲਾਈਫ ਜਿਹੜੀ ਆ ਉਹ ਬਹੁਤ ਜਿਆਦੀ ਡਿਫਰੈਂਟ ਬਹੁਤ ਜਿਆਦੀ ਡਿਫਿਕਲਟ ਹੋਣ ਵਾਲੀ ਹੈ ਇਹ ਨਾਲ ਦੀ ਨਾਲ ਜਿਹੜਾ ਬੱਚਾ ਪਹਿਲਾਂ 15 17 ਲੱਖ ਬਹੁਤ ਔਖ ਦੇ ਨਾਲ ਇਕੱਠਾ ਕਰਦਾ ਸੀਗਾ ਤੇ ਜਦੋਂ ਉਹਨੂੰ ਹੁਣ ਇਹ ਕੇਸ 25 27 ਲੱਖ ਦੇ ਵਿੱਚ ਪੈਣਾ ਤਾਂ ਆਬਵੀਅਸਲੀ ਉਹਦੇ ਘਰ ਦੇ ਵੀ ਕਹਿਣਗੇ ਕਿ ਹੁਣ ਤੂੰ ਪਾਈ ਕੋਈ ਹੋਰ ਰਾਹ ਲੱਭ ਲਾ ਜਾਂ ਉੱਥੇ ਇੰਡੀਆ ਦੇ ਵਿੱਚ ਹੀ ਆਪਣਾ ਕਾਰੋਬਾਰ ਸ਼ੁਰੂ ਕਰ ਲਾ ਸੋ ਜਿਹੜੇ ਸੈਂਟਰਾਂ ਵਾਲੇ ਨੇ ਜਿਹੜੇ ਇਮੀਗ੍ਰੇਸ਼ਨ ਸੈਂਟਰ ਰਨ ਕਰਦੇ ਆ ਹਾਈਲਿਟ ਸੈਂਟਰ ਰਨ ਕਰਦੇ ਆ ਉਹਨਾਂ ਤੋਂ ਜਿਹੜੀ ਆਉਟਪੁੱਟ ਆਉ ਤਾਂ ਇਹ ਹੀ ਮਿਲ ਰਹੀ ਹੈ ਕੈਨੇਡਾ ਦੇ ਨਾਲ ਬੱਚਿਆਂ ਦਾ ਲਗਾਤਾਰ ਮੋਹ ਭੰਗ ਹੋ ਰਿਹਾ ਕੋਈ ਆਸਟ੍ਰੇਲੀਆ ਵੱਲ ਜਾ ਰਿਹਾ ਕੋਈ ਨਿਊਜ਼ੀਲੈਂਡ ਵੱਲ ਜਾ ਰਿਹਾ ਤੇ ਜਿਹੜੀ ਆਪਾਂ ਗੱਲ ਕੀਤੀ ਸੀ ਕਿ ਐਲ ਐਮ ਆਈਏ ਸੋ ਇਹਦੇ ਬਾਰੇ ਵੀ ਪਤਾ ਲੱਗਿਆ ਕਿ ਐਲ ਐਮ ਆਈਏ ਮੋٹے ਪੈਸੇ ਲੈ ਕੇ ਅੱਗੇ ਵੇਚੇ ਜਾਣਗੇ ਜਿਨ੍ਹਾਂ ਦਾ ਰੇਟ ਅਜੇ ਤੱਕ 1000 ਤੋਂ 1200 ਡਾਲਰ ਸੀਗਾ ਕੈਨੇਡੀਅਨ ਡਾਲਰ ਕੈਨੇਡਾ ਦੇ ਵਿੱਚ ਸੋ ਜਦੋਂ ਜਦੋਂ ਉਹਨਾਂ ਨੂੰ ਪਤਾ ਲੱਗਣਾ ਕਿ ਬੱਚਿਆਂ ਨੂੰ ਲੋੜ ਆ ਕੋਈ ਹੋਰ ਟੈਂਪੋਰਰੀ ਵਰਕ ਪਾਲਿਸੀ ਜੇ ਕੈਨੇਡਾ ਨਹੀਂ ਕੱਢਦਾ ਤਾਂ ਫਿਰ ਉਹ ਕੰਪਨੀਆਂ ਵਾਲੇ ਵੀ ਮੋٹے ਪੈਸੇ ਛਾਪਣ ਲੱਗ ਪੈਣਗੇ ਫॉर एग्जांपल ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਇੱਕ ਕੰਪਨੀ ਜਿਹੜੀ ਐਲ ਐਮ ਆਈਏ ਦੇ ਸਕਦੀ ਹੈ ਉਹਦੇ ਲਈ ਰਿਕੁਆਇਰਮੈਂਟ ਇਹ ਹੈ ਕਿ ਕੰਪਨੀ 3 ਸਾਲ ਪੁਰਾਣੀ ਹੋਵੇ ਤੇ ਹਾਫ ਮਿਲੀਅਨ ਕੈਨੇਡੀਅਨ ਡਾਲਰ ਦਾ ਉਹਨਾਂ ਦਾ ਟਰਨਓਵਰ ਹੋਵੇ ਉਹੀ ਐਲ ਐਮ ਆਈਏ ਦੇ ਸਕਦੀ ਹੈ ਤੇ ਇਹ ਐਲ ਐਮ ਆਈਏ ਜਿਹੜਾ ਹੈ ਉਹ 2 ਸਾਲ ਦਾ ਵਰਕ ਪਰਮਿਟ ਲੈ ਕੇ ਦੇ ਸਕਦਾ ਬੱਚੇ ਨੂੰ ਤੇ ਇੰਨੀ ਕ ਐਕਸਟੈਂਸ਼ਨ ਜਦੋਂ ਇੱਕ ਬੱਚੇ ਨੂੰ ਮਿਲ ਜਾਊਗੀ ਉਹਨੂੰ ਪਤਾ ਉਹਨੇ ਦੇ ਵਿੱਚ ਉਹਨੇ ਕੋਈ ਨਾ ਕੋਈ ਸੈਟਿੰਗ ਕਰਕੇ ਕਿਸੇ ਵਕੀਲ ਦੇ ਨਾਲ ਜਾਂ ਕਿਤੇ ਹੋਰ ਉਹਨੇ ਆਪਣੇ ਜਿਹੜਾ ਟੈਂਪਰੇਰੀ ਵਰਕ ਪਰਮਿਟ ਆ ਉਤੋਂ ਜਿਹੜਾ ਹੈਗਾ ਕੋ ਪੱਕਾ ਹੱਲ ਆਪਦਾ ਕਰਵਾ ਲੂਗਾ ਕੋਈ ਹੋਰ ਡਾਕੂਮੈਂਟ ਦਾ ਇੰਤਜ਼ਾਮ ਕਰਵਾ ਲੂਗਾ ਬਹੁਤ ਵਧੀਆ ਤੁਸੀਂ ਇਨਫੋਰਮੇਸ਼ਨ ਦਿੱਤੀ ਤੇ ਇੱਕ ਇਨਫੋਰਮੇਸ਼ਨ ਮੈਂ ਦਰਸ਼ਕਾਂ ਨੂੰ ਦੱਸ ਦੇਵਾਂ ਵੀ ਜੇਕਰ ਤੁਸੀਂ ਸਾਡਾ ਫੇਸਬੁੱਕ ਤੇ YouTube ਪੇਜ ਲਾਈਕ ਕਰਨਾ ਹੈਗਾ ਤਾਂ ਹਰ ਸੁਖ ਟੀਵੀ ਯੂ ਐਸ ਏ ਜਰੂਰ ਸਰਚ ਕਰੋ ਜੋ ਵੀ ਕੋ ਮਰਦੇ ਸ਼ਕੀਨ ਆ ਜੀ ਕੈਨੇਡਾ ਤੋਂ ਅਮਰੀਕਾ ਤੋਂ ਜਾਂਦੇ ਹੈਗੇ ਆ ਤੇ ਉਹਨਾਂ ਨੂੰ ਦੱਸ ਦਗੇ ਵੀ ਭਾਈ ਆ ਜਿਹੜੇ ਛੋਟੇ ਦੇਸ਼ ਹੈਗੇ ਜਿੱਥੇ ਘੁੰਮਣ ਆਲੇ ਹੈਗੇ ਜਿਵੇਂ ਕਿ ਸਿੰਗਾਪੁਰ ਹੋ ਗਿਆ ਮਲੇਸ਼ੀਆ ਹੋ ਗਿਆ ਤੇ ਜਿਹੜੇ ਆਪਾਂ ਚਾਈਨਾ ਦੇ ਦੇਟੇ ਦੇ ਨਾਲ ਨੇੜੇ ਨੇੜੇ ਆ ਜਾਂਦੇ ਆ ਵੀ ਉੱਥੇ ਭਾਈ ਕਰੋਨਾ ਵਧਨ ਲੱਗ ਗਿਆ ਕੇਸ ਥੋੜੇ ਜਿਹਾ ਵੱਧ ਆਉਣ ਲੱਗ ਗਏ ਤੇ ਉੱਥੇ ਜੇ ਤੁਸੀਂ ਜਾਣਾ ਵੀ ਹੈ ਤਾਂ ਉਹਦਾ ਥੋੜਾ ਜਿਹਾ ਧਿਆਨ ਨਾਲ ਜਾਓ ਤੇ ਇਹ ਨਵੀਂ ਅਪਡੇਟ ਆ ਜੀ ਤੇ ਬਾਕੀ ਪੁੱਛਦਿਆਂ ਹਰਸ਼ਕ ਸਿੰਘ ਤੋਂ ਅੰਡੀ ਬਰਾਦਸ ਆਬ 홀ੀਡੇ ਸੀਜ਼ਨ ਆ ਗਿਆ ਤੇ ਯੂ ਐਸ ਕੈਨੇਡਾ ਵਾਲਿਆਂ ਨੇ ਹੁਣ ਬੜਾ ਕੁਝ ਪਲਾਨ ਕਰ ਰੱਖਿਆ ਹੁੰਦਾ ਕਿ ਕਿੱਥੇ ਕਿੱਥੇ ਜਾਣਾ ਪਰ ਜਾਣ ਤੋਂ ਪਹਿਲਾਂ ਆਪਣਾ ਧਿਆਨ ਰੱਖਣਾ ਪੈਣਾ ਕਿ ਕਿਹੜੀ ਕੰਟਰੀ ਦਾ ਪਲਾਨ ਬਣਾਈਏ ਤੇ ਜਾਣਾ ਤੇ ਬੜੀਆਂ ਪ੍ਰੀਵੈਂਟਿਵ ਮੀਜਰਸ ਦੇ ਨਾਲ ਜਾਣਾ ਪੈਣਾ ਸੋ ਸਾਊਥ-ਈਸਟ ਏਸ਼ੀਆ ਦੇ ਵਿੱਚ ਇੱਕ ਵਾਰ ਫਿਰ ਤੋਂ ਹੁਣ ਸਕੈਨਰ ਵਾਪਸ ਵਰਤ ਤ ਗਿਆ 에ਅਰਪੋਰਟਸ ਤੇ ਮਾਸਕ ਕੰਪਲਸਰੀ ਕਰ ਦਿੱਤੇ ਗਿਆ ਤੇ ਕੋਵਿਡ ਦੇ ਵਿੱਚ ਇੱਕ ਵੱਡਾ ਸਰਜ ਦੇਖਣ ਨੂੰ ਮਿਲਿਆ ਸਾਊਥ-ਈਸਟ ਏਸ਼ੀਆ ਦੇ ਵਿੱਚ ਜੜੀਆਂ ਗਵਰਨਮੈਂਟਸ ਆ ਉਹਨਾਂ ਨੇ ਇਹ ਮੀਜਰਸ ਰੀਇਨਟਰੋਡਿਊਸਰ ਕਰ ਦਿੱਤੇ ਨੇ ਇਹ ਐਪੀਡੈਮਿਕ ਨੂੰ ਕਰਬ ਕਰਨ ਦੀ ਉਹਨਾਂ ਵੱਲੋਂ ਕੋਸ਼ਿਸ਼ ਆ ਤਾਂ ਕਿ ਰੈਸਪੀਰੇਟਰੀ ਇਨਫੈਕਸ਼ਨਸ ਤੋਂ ਬਚਿਆ ਜਾ ਸਕੇ ਟੈਂਪਰੇਚਰ ਸਕੈਨਰਸ ਲੱਗ ਗਏ ਆ 에어ਪੋਰਟਸ ਤੇ ਮਾਸਕ ਪ੍ਰੋਵਾਈਡ ਕੀਤੇ ਜਾ ਰਿਹਾ ਕਿਤੇ ਕਿਤੇ ਟੈਸਟ ਵੀ ਹੋਣ ਲੱਗ ਪਏ ਆ ਹੈਲਥ케ਅਰ ਸਿਸਟਮ ਦੇ ਵਿੱਚ ਵੱਧਦੀ ਪੀੜਤ ਤੋਂ ਇਮੀਨ ਲੱਗਦਾ ਕਿ ਇੱਕ ਵਾਰ ਫਿਰ ਤੋਂ ਆਊਟਬ੍ਰੇਕ ਜਿਵੇਂ ਦਸਤਕ ਦੇ ਰਿਹਾ ਸਭ ਨੂੰ ਯਾਦ ਹੋਣਾ ਕਿ ਪਿਛਲੀ ਵਾਰ ਵੀ ਏਸ਼ੀਆ ਹੀ ਇਸ ਬਿਮਾਰੀ ਦਾ ਸੈਂਟਰ ਸੀਗਾ ਤੇ ਹੁਣ ਵੀ ਇਦਾਂ ਲੱਗਦਾ ਹੈ ਕਿ ਏਸ਼ੀਆ ਤੋਂ ਇਹ ਕੰਮ ਹੌਲੀ-ਹੌਲੀ ਰੈਡ ਰਿਹਾ ਹੈ ਤੇ ਇਤੋਂ ਹੀ ਸ਼ੁਰੂਆਤ ਹੋਈ ਸੀ ਹੁਣ ਅਜਿਹਾ ਕੁਝ ਵੀ ਨਾ ਹੋਵੇ ਇਸ ਕਰਕੇ ਆਪੋ ਆਪਣਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਸਿੰਗਾਪੁਰ ਦੇ ਡਿਪਟੀ ਪੀਐਮ ਨੇ ਫੇਸਬੁੱਕ ਤੇ ਪੋਸਟ ਪਾ ਕੇ ਕਿਹਾ ਹੈ ਕਿ ਆਪੋ ਆਪਣਾ ਪਈ ਧਿਆਨ ਰੱਖੋ ਮਿਸ ਇਨਫੋਰਮੇਸ਼ਨ ਤੋਂ ਬਚੋ 2 ਦਸੰਬਰ ਤੱਕ ਸਿੰਗਾਪੁਰ ਦੇ ਵਿੱਚ 32000 ਤੋਂ ਵੱਧ ਕੇਸ ਦਰਜ ਕੀਤੇ ਗਏ ਹੈ ਇਸੇ ਤਰੀਕੇ ਨਾਲ ਇੰਡੋਨੇਸ਼ੀਆ ਦੀ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਵੀ ਇਹ ਕਿਹਾ ਕਿ ਭਾਈ ਕੋਵਿਡ ਆ ਰਿਹਾ ਹੈ ਉਹਨਾਂ ਵੱਲੋਂ ਗਾਈਡਲਾਈਨਸ ਜਾਰੀ ਕਰ ਦਿੱਤੀਆਂ ਗਈਆਂ ਉਹਨਾਂ ਕਿਹਾ ਕਿ ਵੈਕਸੀਨੇਸ਼ਨ ਕਰਾਓ ਮਾਸਕ ਲਾ ਕੇ ਰੱਖੋ ਸਮੇਂ-ਸਮੇਂ ਤੇ ਆਪਣੇ ਹੱਥ ਹੱਥ ਧੋਦੇ ਰਹੋ ਤੇ ਜੇਕਰ ਹਲਕਾ ਜਿਹਾ ਵੀ ਕੋਈ ਆਪਣੇ ਆਪ ਨੂੰ ਬਿਮਾਰ ਮਹਿਸੂਸ ਕਰਦਾ ਤੇ ਆਪੋ ਆਪਣੇ ਘਰਾਂ ਦੇ ਵਿੱਚ ਰੋ ਬਾਹਰ ਨਿਕਲਣ ਦੀ ਲੋੜ ਨਹੀਂ ਇਸੇ ਤਰੀਕੇ ਦੀਆਂ ਗਾਈਡਲਾਈਨਸ ਮਲੇਸ਼ੀਆ ਨੇ ਵੀ ਇਸ਼ੂ ਕਰ ਦਿੱਤੀਆਂ ਨੇ ਜੀ ਬ੍ਰਾਟਸਾਪ ਇਹ ਗਾਵਦਾਂ ਤੋਂ ਮੈਂ ਥੋੜਾ ਜਿਹਾ ਦਰਸ਼ਕਾਂ ਦੋਸਤਾਂ ਵੀ ਕੋਈ ਵੀ ਵਾਇਰਸ ਹੁੰਦਾ ਟਾਈਮ ਦੇ ਨਾਲ ਆਪਦੇ ਆਪ ਨੂੰ ਤਬਦੀਲ ਕਰ ਲੈਂਦਾ ਇਹ ਆਪਦੇ ਆਪ ਨੂੰ ਸਰਵਾਈਵ ਕਰਨ ਵਾਸਤੇ ਨਵੀਆਂ ਚੀਜ਼ਾਂ ਆਪਦੇ ਚ ਐਡ ਆਨ ਕਰ ਲੈਂਦੇ ਜਿਹਦੇ ਤੋਂ ਬਚਣਾ ਬਹੁਤ ਜ਼ਰੂਰੀ ਹੁੰਦਾ ਇਸੇ ਕੁਐਸਚਨ ਦਾ ਆਪਾਂ ਆਨਸਰ ਲੈਣੇ ਹਾਸਵਕ ਨੇ ਤੋਂ ਵਧਣ ਤੋਂ ਪਹਿਲਾਂ ਮੈਂ ਇਹ ਦੱਸ ਦੇਵਾਂ ਵੀ ਅਸੀਂ ਟਿਕਟੌਕ ਤੇ ਬਹੁਤ ਲਿਮਟਿਡ ਜਿਹਾ ਕੰਟੈਂਟ ਪਾਇਆ ਕਰਾਂਗੇ ਤੇ ਲਗਭਗ 20-25 ਦਿਨਾਂ ਬਾਅਦ ਅਸੀਂ ਲਗਭਗ ਬੰਦ ਹੀ ਕਰ ਦਾਂਗੇ ਜਿਨ੍ਹਾਂ ਨੇ ਸਾਡਾ ਫੇਸਬੁੱਕ ਤੇ YouTube ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤੇ ਉਹ ਸਬਸਕ੍ਰਾਈਬ ਕਰ ਲੈਣ ਅਸੀਂ ਬਹੁਤਾ ਕੰਟੈਂਟ ਹਨਾ ਜੀ ਉੱਥੇ ਹੀ ਪਾਇਆ ਕਰਾਂਗੇ ਹਾਂਜੀ ਬ੍ਰਾਦਰ ਸਾਹਿਬ ਜਿਵੇਂ ਤੁਸੀਂ ਕਿਹਾ ਕਿ ਹਰੇਕ ਵਾਇਰਸ ਆਪਣੇ ਆਪ ਨੂੰ ਤਬਦੀਲ ਕਰ ਲੈਂਦਾ ਬਿਲਕੁਲ ਇਸੇ ਤਰੀਕੇ ਨਾਲ ਹੀ ਲੱਗਦਾ ਨਹੀਂ ਤਾਂ ਵੈਕਸੀਨੇਸ਼ਨ ਆਲਮੋਸਟ ਸਾਰੇ ਵਰਲਡ ਦੇ ਵਿੱਚ ਵੱਡੇ ਹਿੱਸੇ ਦੇ ਵਿੱਚ ਹੋ ਗਈ ਹੈ ਆਪਾਂ ਵਾਇਰਸ ਬਾਰੇ ਜਾਣਦੇ ਹਾਂ ਕਿ ਇਹ ਜਦੋਂ ਮਨੁੱਖੀ ਸਰੀਰ ਦਾ ਭੇਤੀ ਹੋ ਜਾਂਦਾ ਇਹ ਫਿਰ ਆਪਣੇ ਆਪ ਨੂੰ ਢਾਲ ਲੈਂਦਾ ਤਬਦੀਲ ਕਰ ਲੈਂਦਾ ਇਹਨੂੰ ਪਤਾ ਲੱਗ ਜਾਂਦਾ ਕਿ ਹੁਣ ਮੈਂ ਕਿਵੇਂ ਕੰਮ ਕਰਨਾ ਸੋ ਲੱਗਦਾ ਇਹੀ ਆ ਸੋ ਸਭ ਤੋਂ ਬਿਹਤਰ ਤੇ ਇਹੀ ਆ ਕਿ ਤੁਸੀਂ ਸੇਫ ਥਾਂ ਦਾ ਪਲਾਨ ਬਣਾਓ ਉੱਥੇ ਜਾਓ ਜਿੱਥੇ ਕੋਈ ਖਤਰਾ ਨਹੀਂ ਕਿਉਂਕਿ ਆਪਣੇ ਆਪ ਨੂੰ ਇਹਨਾਂ ਦਿਨਾਂ ਦੇ ਵਿੱਚ ਸੇਫ ਸਿਕਿਉਰ ਰੱਖਣਾ ਬਹੁਤ ਜ਼ਰੂਰੀ ਆ ਬਹੁਤ ਸਾਰੀਆਂ ਕੰਟਰੀਜ਼ ਦੇ ਵਿੱਚ ਜਿੱਥੇ ਰੈਸਪੀਰੇਟਰੀ ਇਨਫੈਕਸ਼ਨਸ ਹੋ ਰਿਹਾ ਉੱਥੋਂ ਜਾਣ ਨੂੰ ਜੇ ਆਪਾਂ ਪਰਹੇਜ਼ ਕਰ ਲਈਏ ਤਾਂ ਸਭ ਤੋਂ ਬੈਸਟ ਹੋਏਗਾ